ਗੁਰਪ੍ਰੀਤ ਕੋਲ ਚੀਜ਼ੇ ਕੋਲ ਸੋਹਣੇ ਲੈ ਆਪਾਂ ਸਟਾਰ ਬਣ ਗਏ ਸਟਾਰ ਬੰਦੇ ਦੇਖ ਲਓ ਅੱਜ ਮਾਸੀ ਵਗ ਗਈ ਨਾ ਹੁਣ ਮੈਨੂੰ ਬਾਲਾ ਨਾ ਕਿਸੇ ਨੇ ਬੋਲਣਾ ਚੁੱਪ ਚਾਪ ਰੋਟੀਆਂ ਖਾ ਲਓ ਚਾਹੇ ਬਿੰਗੇ ਚਾਹੇ ਟਿੱਕੀਆਂ ਇਹ ਕੰਮ ਕਰੂਗੇ ਪੰਗਾ ਪੈ ਗਿਆ ਆਟਾ ਗੁੰਨਦਾ ਮੰਮੀ ਮੈਂ ਹੋਰ ਆ ਦੇਖ ਲਓ ਕੀ ਬੋਲ ਕੇ ਦੱਸ ਆ ਗਿਆ ਮਾਸੜ ਦਾ ਫੋਨ ਮਾਸੜ ਕਹਿੰਦਾ ਦੇਤੀ ਆਇਆ ਮੇਰਾ ਜੀ ਨਹੀਂ ਲੱਗਦਾ ਛੋਟੀ ਬਾਸ ਦੇ ਕੋਲ ਖਾਣ ਪੀਣ ਨੂੰ ਸਮਾਨ ਲੈਣ ਕਿਉਂਕਿ ਇਹਦੇ ਸੇਬ ਸੂਬ ਨਾਰੀਅਲ ਮੁੱਕ ਗਿਆ ਗਾ ਚੱਲੀਏ ਵੀ ਹਾਂ ਡੈਡੀ ਕਿੱਦਾਂ ਡੈਡੀ ਵਿਚਾਰਾ ਮਸਾਜ ਕਰਾ ਰਿਹਾ ਰਵੀ ਤੋਂ ਕਿਉਂਕਿ ਡੈਡੀ ਦਾ ਮੋਢਾ ਜਿਹੜਾ ਗੋਲਾ ਜਿਹਾ ਹਟ ਜੇ ਨਾ ਫਿਰ ਲੋਟ ਹੋ ਜੇ ਗੋਲਾ ਜਿਹਾ ਘਟਦਾ ਗਿਆ ਹਾਂ ਕਿੱਥੇ ਘਟ ਗਿਆ ਦੇ ਆਹ ਹੈਗੇ ਆਲੇ ਨਾ ਆ ਡੱਡੂ ਜਿਹਾ ਲੋਟ ਹੋ ਜੇ ਤਾਂ ਠੀਕ ਹੋ ਜੇ ਜਿਹੜੀ ਇੱਥੇ ਦਰਦ ਕਰਦਾ ਇੱਥੇ ਹੀ ਦਰਦ ਸ਼ੁਰੂ ਹੁੰਦਾ ਰਹਿਣਾ ਆ ਦੇ ਵੀ ਆ ਡੈਡੀ ਨੂੰ ਦਿਖਾ ਕੇ ਆਉਣਾ ਪੈਣਾ ਵੀ ਲੋਟਾ ਠੀਕ ਹੈ ਹੈ ਹਲੇ ਮੈਂ ਇੰਨੀ ਬਿਮਾਰ ਵੀ ਨਹੀਂ ਕਿ ਵੀ ਝੋਨਾ ਹੀ ਲਾ ਦੇ ਮੈਂ ਚੱਲ ਥੋੜੀ ਜਿਹੀ ਜੀਣ ਕੀ ਕਹਿੰਦੀ ਮਹਿੰਗੀ ਬਹੁਤ ਆ 4-5 ਹਜ਼ਾਰ ਦੀ ਆ ਇੰਨਾ ਰੁਪਈਆ ਕਿੱਥੇ ਹੈਗੀ ਆ 4.5-5 ਹਜ਼ਾਰ 4,500 ਰੁਪਏ ਦੀ ਹੋ ਗਈ ਬੇਟੋ ਮੈਂ ਤਾਂ ਕਰਜਾਈ ਹੋ ਜਾਵਾਂਗੇ ਇਹਦੀ ਹਾਂ ਵੀ ਤੂੰ ਦੱਸ ਕਿਵੇਂ ਲੋਟਾ ਕੀ ਖਾਵੇਂਗੀ ਅੱਖਾਂ ਹੁਣ ਤਾਂ ਅੱਖਾਂ ਮਾਰਦੀ ਹੈ ਲੈ ਵੀ ਇਹਦੀ ਲਾਸਟ ਬੋਤਲ ਆ ਇਹ ਕੱਲ੍ਹ ਨੂੰ 2 ਫੇਰ ਲਾਉਣੀਆਂ ਨੇ ਅਤੇ ਬਸ ਇਹ ਕੱਲ੍ਹ ਨੂੰ ਇਹਦੇ ਕਰਾਉਣੇ ਆਪਾਂ ਟੈਸਟ ਅਤੇ ਕੱਲ੍ਹ ਨੂੰ ਟੈਸਟ ਰੱਬ ਦੀ ਕਿਰਪਾ ਨਾਲ ਸਹੀ ਆ ਜਾਣ ਜਿਵੇਂ ਪਿਛਲੇ ਟੈਸਟ ਸਹੀ ਆਏ ਨੇ ਅਤੇ ਸਾਰੇ ਦੇਖਾ ਤੇਰੀ ਕਿੰਨੀ ਅਰਦਾਸਾਂ ਕੀਤੀਆਂ ਤੇਰੇ ਲਈ ਬੋਣੇ ਬਹੁਤ ਅਰਦਾਸਾਂ ਕੀਤੀਆਂ ਕਾਹਦੇ ਲਈ ਚੱਲੀਏ ਵੀ ਹੈ ਉੱਤੇ ਬਹਿ ਕੇ ਤਾਂ ਸੰਪਰਕ ਕੀਤਾ ਜਾਵੇ ਓਏ ਆ ਵੀ ਅੱਜ ਵੀ ਓਏ ਅੱਜ ਵੀ ਰਵੀ ਨਾਲ ਸੰਪਰਕ ਕਰੋ ਰਵੀ ਓ ਸਰਮਾਉਂਦਾ ਵਾਲਾ ਰਵੀ ਮਾਸੀ ਮੂਰੇ ਵਾਲਾ ਸਰਮਾਉਂਦਾ ਉਦਾਂ ਦਾ ਓਏ ਟਿਕਾਈ ਨਹੀਂ ਹੁੰਦੀ ਤੇਰੇ ਹੁੰਦੀ ਵਾਲਾ ਸਰਮਾਉਂਦਾ ਉਦਾਂ ਨਹੀਂ ਉਹ ਪਤਾ ਨਹੀਂ ਹੁਣ ਤਾਂ ਸੰਗਦਾ ਕੁਝ ਗੜਬੜ ਲਾ ਦੀ ਆ ਪੁੱਛ ਲਾ ਉਹਨੂੰ ਕਹਿੰਦੀ ਨਾ ਫਿਰ ਝੋਨਾ ਲਵਾਉਣ ਉਰੇ ਲੱਗੇਗੀ ਤੂੰ ਉੱਥੇ ਹੀ ਲਾਵੇਂਗੀ ਕੱਠੇ ਹੀ ਲਾ ਲਾਂਗੇ ਕਿਹੜਾ ਫੇਸ਼ੀਅਲ ਹਾਈਡਰਾ ਫੇਸ਼ੀਅਲ ਮਾਸੀ ਦਾ ਤਾਂ ਉਹੀ ਰਵੀ ਨੂੰ ਪੁੱਛਦਾ ਰਵੀ ਲੱਗੂ ਰਵੀ ਤੂੰ ਲੱਗੇਗਾ ਨਾਲ ਇਹ ਨਹੀਂ ਲੱਗਦਾ ਚੱਲ ਇਹ ਦੁਕਾਨ ਤੇ ਦੁਕਾਨਦਾਰੀ ਸਾਹਮਣੇ ਰਵੀ ਦੁਕਾਨ ਸਾਹਮੂਗਾ ਐਤਕੀ ਅਸੀਂ ਲਾਉਣਾ ਝੋਨਾ ਦੋ ਕੁ ਸਾਲ ਹੀ ਲਾਇਆ ਹਨਾ ਮੰਮੀ ਦੋ ਕੁ ਸਾਲ ਹੀ ਲਾਇਆ ਆਪਾਂ ਨੇ ਪਹਿਲਾਂ ਤਾਂ ਲਾਉਂਦੀ ਹੁੰਦੇ
ਪਰ ਰਵੀ ਨਾਲ ਵੀ ਇੱਕ ਧੋਖਾ ਹੋਇਆ। ਰਵੀ ਦੇ ਪਿੰਡ ਦਾ ਇੱਕ ਇਹ ਵਿਚਾਰਾ ਪਹਿਲੀ ਗੇਰ ਉਹਦੇ ਨਾਲ ਕੀ ਕਰਾ ਗਿਆ ਦੀ ਦੱਸੀ ਰਵੀ, ਮਟਰ ਤੋੜਨ ਗਿਆ ਦੀ ਦਿਹਾੜੀ ਡੈਡੀ ਰਵੀ ਵਿਚਾਰਾ ਦਿਹਾੜੀ ਤੇ ਮਟਰ ਤੋੜਨ ਗਿਆ ਕਿਸੇ ਦੇ ਉੱਥੇ ਪਿੰਡ ਹੀ ਤੇ ਭੈਣ ਭਾਈ ਦੋਨੇ ਗਏ ਤੇ ਪਤਾ ਨਾ ਨੀ ਲੈਣਾ ਹੈਗਾ ਪਰ ਆਪਾਂ ਗਏ ਦਾ ਪਰ ਇਹਦਾ ਵਿਚਾਰਾ ਦਾ ਕਿੰਨਾ 200 ਕਿ 300 ਰਵੀ 300 ਰੁਪਇਆ ਰੱਖ ਗਿਆ ਉਹ ਦੋ ਬੋਰੀਆਂ ਤੋੜੀਆਂ ਦੀਆਂ ਨੇ ਵਿਚਾਰੇ ਨੇ। ਬਹੁਤ ਗਲਤ ਗੱਲ ਆ ਯਾਰ ਬੰਦਾ ਵਿਚਾਰਾ ਹਨਾ ਸਾਰੀ ਦਿਹਾੜੀ ਕੰਮ ਕੀਤਾ ਨੇ ਕਿਸੇ ਦਾ ਹੱਕ ਨੀ ਰੱਖਣਾ ਚਾਹੀਦਾ। ਪਤਾ ਨੀ ਵਿਚਾਰੇ ਕਿੰਨੀ ਧੁੱਪ ਚ ਹਰੇ ਮਟਰ ਤੋੜਾਏ ਉਹਨਾਂ ਨੇ ਵਿਚਾਰੇ ਨਾਲ ਪੂਰੀ ਦਿਹਾੜੀ। ਚੱਲ ਕੋਈ ਨੀ ਰਵੀ ਹੁਣ ਤੈਨੂੰ ਮੈਂ ਦਊਗਾ 300 ਰੁਪਏ ਕਿਡਨੀ ਵੇਚ ਕੇ। ਮਾਮਾ ਹੁਣ ਇਹਦੇ ਲਈ ਨਾਰੀਅਲ ਵੀ ਲੈ ਕੇ ਆਉਣਾ ਕਿਸੇ ਨਾਲ ਗੱਲ ਹੀ ਕਰਨੀ ਪੈਣੀ ਵੀ ਕਿਡਨੀ ਕੁਡਨੀ ਵਿਖਾ ਦੇ ਉੱਠ ਤਾ ਡਾਕਟਰਾਂ ਨੇ ਹੂੰਝ ਲਏ ਸਾਨੂੰ ਰੁਪਈਏ ਸਾਰੇ ਹੈ ਭਾਣੇ ਦੋ ਦਿਨਾਂ ਚ ਖੂੰਜੇ ਲਾ ਦਿਆ ਜਿੱਦਾਂ ਮੇਰਾ ਵਾਲਾ 15-16 ਹਜ਼ਾਰ ਰੁਪਈਆ ਉਹੀ ਚੱਲ ਗਿਆ ਰਲੇ ਹੋਏ ਦੀ। ਚੱਲ ਕੋਈ ਚੱਲ ਠੀਕ ਹੋ ਗਈ ਹੈ ਕੀ ਹੋ ਗਿਆ ਹੈ ਮਾਚੀ ਨੂੰ ਦੱਬਤਾ ਸਾਰੀ ਲਵੇੜ ਦੇ ਉਹ ਬਾਣੀ ਆ ਵੀ ਗਿੱਲੀ ਗਿੱਲੀ ਸਰਿੰਜ ਦੱਬਦੀ ਸੀ ਪਿਆ ਦੀ ਗੱਲਾਂ ਬਹੁਤ ਹੋ ਗਈਆਂ ਨਾ ਧੁੱਪ ਵੀ ਬਹੁਤ ਆ ਬਾਰੇ ਤੇ ਮੋਹਨ ਸਾਹਿਬ ਇੱਧਰ ਬੈਠੇ ਨੇ ਮੋਹਨ ਸਾਹਿਬ ਦੇ ਉਹ ਚਿਕਨ ਫੋਕਸ ਕਰਕੇ ਤਾਂ ਨੀ ਉੱਧਰ ਜਾ ਰਹੇ। ਹਾਂ ਵੀ ਮੋਹਨ ਸਾਹਿਬ ਕੈਸੇ ਹੋ ਠੀਕ ਹੋ ਹੋਰ ਫਿਰ ਕੀ ਕਹਿਣਾ ਚਾਹੋਗੇ ਤੁਹਾਡੇ ਸਬਸਕ੍ਰਾਈਬਰਾਂ ਨੂੰ? ਮੰਮੀ ਕਹਿੰਦੀ ਅੱਜ ਤਾਂ ਮੰਮੀ ਨੇ ਵੀ ਸਹੀ ਬੋਲਤਾ ਸਬਸਕ੍ਰਾਈਬਰ, ਨੋਟ ਕੀਤਾ ਤੁਸੀਂ ਗੱਲ? ਮੰਮੀ ਨੇ ਸਹੀ ਬੋਲਿਆ ਨਾ। ਲੈ ਵੀ ਦੋਸਤੋ ਹੁਣ ਚੱਲਿਆ ਆਪਾਂ ਧੂਰੀ ਹੈ ਨਾ, ਸਾਰੇ ਜਾਣੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਟਾਫਟ ਸਬਸਕ੍ਰਾਈਬ ਮਾਰ ਦਿਓ। ਹਾਂਜੀ ਕੋਈ ਹੁਕਮ? ਠੀਕ ਹੈ ਦਾਣੇ ਸੁੱਕ ਗਏ ਤੁਹਾਡੇ? ਸੁੱਕ ਗਏ। ਮੰਮੀ ਦੁਬਾਰਾ ਕਹੀ ਇੱਕ ਵਾਰ ਸਬਸਕ੍ਰਾਈਬਰ ਅੱਜ ਦਾ। ਹੁਣ ਮੰਮੀ ਖੁਸ਼ ਆ ਗਈ ਕਿਉਂਕਿ ਛੋਟੀ ਠੀਕ ਹੋ ਗਈ ਹੈ। ਚੱਲਦੇ ਹੁਣ ਉਹਨਾਂ ਮਿਲਦੇ ਹੁਣ ਆ ਗਏ ਤੇ ਬਾਬਲੂ ਕੋਲ। ਹਾਂ ਵੀ ਹਾਂਜੀ ਕਮੈਂਟਾਂ ਇਹਨੇ ਕਹਿੰਦੇ ਵੀ ਉਹਦਾ ਬਾਬਲੂ ਆ ਬੈਠਾ ਗਾ ਘਰੇ ਨੀ ਆਉਂਦਾ ਹੈਗਾ। ਗਿਆ ਹੋਇਆ ਸੀ ਵੀਰੇ ਆ ਕਰੇ ਯਾਰ ਪੁੱਤ ਸਿੱਧੇ ਕਮੈਂਟ ਨਾ ਕਰਿਆ ਕਰੋ ਕਿਉਂ ਕਰਦੇ ਫਿਰ ਕਿਹੜਾ ਆ ਗਿਆ ਫਿਰ ਹੁਣ ਉਰੇ ਕੋਈ ਹੈ ਨੀ ਗਾ ਘਰ ਦੇ ਅੰਮ੍ਰਿਤਸਰ ਗਏ ਨੇ ਹੁਣ ਦੱਸ ਮੈਂ ਕੀ ਕਰਾਂ ਯਾਰ। ਮੈਂ ਤਾਂ ਤੈਨੂੰ ਪਤਾ ਐਤਵਾਰ ਦੀ ਛੁੱਟੀ ਹੁੰਦੀ ਆ ਮੇਰੀ ਤਾਂ ਮੈਂ ਤਾਂ ਫਿਰ ਦੁਕਾਨ ਤੇ ਬੈਠਾ ਅੱਜ ਮਨ ਮਰ ਕੇ। ਗੱਡੀ ਆਵਣ ਦੀ ਸਾਡੇ ਕੋਲ ਹੀ ਸੀਗੀ ਇਹ ਗਿਆ ਹੋਇਆ ਸੀਗਾ ਤਾਂ ਕਰਕੇ ਨਹੀਂ ਹਨਾ ਜੀ। ਆਪਣਾ ਜੂਸ ਆ ਗਿਆ ਬਣ ਕੇ ਕਿੱਧਰ ਵੀ ਨਾਰੀਅਲ ਵੀ ਲਿਆਂਦੇ ਸ਼ੋ ਵੀ ਲਿਆਂਦੇ। ਹਾਂ ਵੀ ਰਵੀ ਲਓ ਜੀ ਨਾਰੀਅਲ ਪਾਣੀ ਤੇ ਲੈ ਕੇ ਆ ਗਏ। ਹੁਣ ਤੁਹਾਨੂੰ ਪਾਈਪ ਨੀ ਦਿੱਤੀ ਕੱਢਣ ਵਾਸਤੇ? ਦਿੱਤੀ ਦੀ ਆ ਦੇਖੋ ਇੰਨਾ ਨਿਕਲਿਆ ਪਾਈਪ ਤਾਂ ਆਉਂਦੀ ਨੀ ਦੀ ਉਸ ਤੋਂ ਬਾਅਦ ਪੀ ਕੇ ਇੰਨਾ ਕੁ ਨਿਕਲਿਆ ਹੋਰ ਲੋਟਾ।
ਪੱਕਾ ਅੱਖਾਂ ਤਾਂ ਤੇਰੀ ਚਿੱਟੀ ਨੇ ਚਾਟਾ ਚੂਟਾ ਨਹਾ ਲਈ ਥੋੜਾ ਜਿਹਾ ਲਾਏ ਹੋਰ ਸਿਰ ਤੋਂ ਹੋ ਜੂਗਾ ਥੋੜਾ ਜਿਹਾ ਸ਼ਾਂਤੀ ਜੀ ਮਿਲ ਜੂ ਰੋਟੀ ਕਿਉਂ ਨੀ ਖਾਧੀ ਤੂੰ ਹੈ ਆ ਤੇ ਪਈ ਥੱਲੇ ਕੀ ਕਹਿਣੀ ਹੁਣ ਠੀਕ ਲੱਗ ਰਹੀ ਹੈ ਤੂੰ ਆਪਦੇ ਆਪ ਬੋਲ ਕੇ ਦੱਸ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜਾਂ ਪਹਿਲਾਂ ਵਾਲੀ ਬਿੰਦਾਸ ਤੂੰ ਬੋਲ ਮਾਸੀ ਦੱਬ ਕੇ ਜੇ ਉਵੇਂ ਬੋਲੂ ਮੇਰੇ ਤੂੰ ਤਾਂ ਆਪ ਹਲਕੀ ਜੀ ਬਾਅਦ ਚ ਬੋਲੀ ਚੰਗੀ ਤਰ੍ਹਾਂ ਗੜਕ ਕੇ ਜੇ ਬੋਲ ਉਵੇਂ ਜੀ ਉਹਨੇ ਬੋਲਦਾ ਮੂੰਹ ਥਾਈ ਨਿਕਲ ਜੂ ਐ ਨਾ ਕਰ ਆਪਣੇ ਆਪ ਨੂੰ ਲੱਗ ਰਿਹਾ ਠੀਕ ਆ ਫਿਰ ਜਦੋਂ ਹੁਸ਼ਿਆਰਪੁਰ ਆਈ ਤੀ ਉਦੋਂ ਫਰਕ ਲਾ ਦਾ ਤੈਨੂੰ ਹੁਸ਼ਿਆਰਪੁਰ ਤਾਂ ਅੱਜ ਡਾਊਨ ਹੀ ਆਈ ਆ ਤੂੰ ਹਾਏ ਹਾਏ ਇਹਦੇ ਬਾਲ ਖੁੱਲੇ ਚੱਪਲਾਂ ਦੀਆਂ ਹੱਥ ਚ ਫੜੀਆਂ ਹੋਈਆਂ ਹਾਏ ਆ ਗਈ ਮੈਂ ਤਾਂ ਦੇਖ ਕੇ ਡਰ ਗਈ ਮਹਾਂ ਕੁੜੀ ਤਾਂ ਮਰ ਗਈ ਗਈ ਕੁੜੀ ਤਾਂ ਮਾਂ ਇਹ ਕੀ ਹੋ ਗਿਆ ਉਹਦੇ ਬਾਲਾ ਬੁਖਾਰ ਚੜਿਆ ਚੱਲ ਸ਼ੁਕਰ ਆ ਬੁਖਾਰ ਨਹੀਂ ਚੜਿਆ ਹੈਗਾ ਜਿਹੜੀ ਮੇਨ ਪ੍ਰੋਬਲਮ ਇਹਨੂੰ ਦੋ ਕੁ ਦਿਨ ਹੀ ਚੜਿਆ ਬੁਖਾਰ ਅਸਲ ਬੁਖਾਰ ਤਾਂ ਉਹਦੀ ਟੁੱਟ ਗਈ ਜਦੋਂ ਦਿਨ ਮੈਂ ਟੀਕਾ ਲਾਇਆ ਉਦੋਂ ਬਾਅਦ ਤਾਂ ਬੁਖਾਰ ਤੈਨੂੰ ਇੰਨਾ ਚੜਿਆ ਨਹੀਂ ਟੀਕੇ ਤੋਂ ਬਾਅਦ ਤਾਂ ਅਸੀਂ ਦੋ ਖਰਾਕਾਂ ਜਿੱਦਾਂ ਦਵਾਈ ਉਹ ਤੇ ਹਸਪੀਟਲ 'ਚ ਵੀ ਮੈਂ ਹੀ ਲਾਇਆ ਤੇ ਟੀਕਾ ਨਰਸਾਂ ਤੋਂ ਲਵਾਇਆ ਨਹੀਂ ਇਹਨੇ ਕਹਿੰਦੀ ਤੂੰ ਹੀ ਲਾ ਫਿਰ ਮੈਂ ਲਾਇਆ ਫੜ ਕੇ ਮੈਂ ਹਾਲ ਮੈਂ ਹੀ ਲਾ ਦਿੰਦਾ ਕਹਿੰਦੀ ਤੂੰ ਕੱਪੜੇ ਦੇ ਦੇਣੇ ਮਾਸੀ ਉਹਨਾਂ ਨੂੰ ਸਾਰੇ ਪੁਰਾਣੇ ਕੱਪੜੇ ਹਾਂ ਜਿਹੜੇ ਮੈਂ ਪਾਉਂਦਾ ਜਿਹੜੇ ਪਾਉਂਦੀ ਨਹੀਂ ਹੈਗੀ ਨਵੇਂ ਕੱਪੜੇ ਰੱਖਣੇ ਬਸ ਆਪਾਂ ਸਟਾਰ ਬੰਦੇ ਸਟਾਰ ਬੰਦੇ ਦੇਖ ਲਓ ਬੂਥੀਆਂ ਦੀ ਸਟਾਰ ਬੰਦੇ ਵਾਲੀ ਦੇਖੀ ਹੋਰ ਡੈਡੀ ਗਏ ਹਾਂ ਵੀ ਬੇਚਾਰਿਆਂ ਨੇ ਨਹੀਂ ਆਂਟੀ ਨੇ ਮੈਨੂੰ ਫੋਨ ਕੀਤਾ ਆਂਟੀ ਕਹਿੰਦੀ ਪੂਚੀ ਦੇ ਘਰ ਵਾਲੀ ਨੇ ਉਹਦੀ ਕਿਹਾ ਆਂਟੀ ਪੈਸਿਆਂ ਕਾ ਨਹੀਂ ਹੋਣਾ ਕਹਿੰਦੀ ਨਹੀਂ ਮੈਨੂੰ ਆਂਟੀ ਨੇ ਵੀ ਫੋਨ ਕੀਤਾ ਆਂਟੀ ਕਹਿੰਦੀ ਪੈਸਿਆਂ ਦੀ ਨਾ ਟੈਨਸ਼ਨ ਲਈ ਪੈਸੇ ਬਥੇਰੇ ਆ ਕਹਿੰਦੀ ਤੂੰ ਕੁੜੀ ਦਾ ਇਲਾਜ ਕਰਾ ਲਾ ਉਹਨੇ ਵੀ ਕਿਹਾ ਦੀ ਹਾਂ ਕਹਿੰਦਾ ਆਂਟੀ ਪੈਸਿਆਂ ਦਾ ਕੋਈ ਚੱਕਰ ਨਹੀਂ ਮੈਂ ਪਾ ਦਾਣਾ ਕਹਿੰਦਾ ਪੇਮੈਂਟ ਕਹਿੰਦਾ ਹੁਣ ਕਰ ਦੇਣਾ ਉਹਦੇ ਚ ਪੈਸਿਆਂ ਦਾ ਤਾਂ ਬਥੇਰਾ ਵਿਚਾਰਾ ਨੇ ਉਹ ਸਾਡੇ ਵੱਡੀ ਮਾਸੀ ਨੇ ਗਏ ਅਸੀਂ ਆਂਟੀ ਕਹਿ ਦਿੰਦੇ ਆ ਕਿ ਵੈਸੇ ਉਹ ਵਿਚਾਰੇ ਬਿਮਾਰ ਰਹਿੰਦੇ ਨੇ ਉਹ ਤਾਂ ਨਹੀਂ ਘਰੇ ਮਿਲਣ ਆਉਂਦੇ ਹੈਗੇ ਹਾਂ ਕਮੈਂਟ ਕੀਤੇ ਰੋਜ਼ ਫੋਨ ਕਰਦੇ ਆਗੇ ਸਾਨੂੰ ਵੀਡੀਓ ਕਾਲ ਸਵੇਰੇ ਰੋਜ਼ ਵੀਡੀਓ ਕਾਲ ਕਰਦੇ ਆ ਸਵੇਰੇ ਸਵੇਰੀ ਫਿਰ ਸ਼ਾਮ ਨੂੰ ਫੇਰ ਪਤਾ ਲੈਂਦੇ ਆਗੇ ਕਮੈਂਟ ਕੀਤੇ ਤੇ ਵੀ ਉਹਦਾ ਅਮਨ ਅਮਨ ਕਹਿੰਦੇ ਰਹਿੰਦੇ ਨੂੰ ਅਮਨ ਛੋਟੇ ਆਇਆ ਨਹੀਂ ਅਮਨ ਉੱਦਾਂ ਅਮਨ ਗਿਆ ਸੀਗਾ ਉੱਥੇ ਆਗਰੇ ਅਤੇ ਉਸ ਤੋਂ ਬਾਅਦ ਫਿਰ ਅੱਜ ਛੋਟਾ ਗਿਆ ਹੋਇਆ ਕਿਤੇ ਤਾਂ ਕਰਕੇ ਨਹੀਂ ਉਹ ਆਏ ਕੁਛ ਮੋਹਨ ਸਾਹਿਬ ਦੇ ਚਿਕਨ ਪੋਕਸ ਨਿਕਲੀ ਵੀ ਆ ਕਿਉਂਕਿ ਉਹਨਾਂ ਦੇ ਨਿਆਣੇ ਵੀ ਨਿੱਕੇ ਨਿੱਕੇ ਨੇ ਨਾ ਤਾਂ ਕਰਕੇ ਨਹੀਂ ਆਉਂਦੇ ਪਏ ਹੈਗੇ ਉਹਦਾ ਫੋਨ 'ਤੇ ਹਾਲ ਚਾਲ ਪੁੱਛ ਲੈਂਦੇ ਆ ਹਾਂ ਮਾਸੀ
ਚੂਚੇ ਨੂੰ ਕਾਇਮ ਕਰ ਲਾਂਗੇ, ਚੂਚੇ ਨੂੰ ਕਾਇਮ ਕਰ ਦਾਖਲ ਤਾਂ ਆਂਟੀ ਕਰਾ ਗਿਆ ਉੱਥੇ, ਮੈਨੂੰ ਅਸੀਂ ਦਾਖਲ ਕੀਤਾ ਉੱਥੇ, ਮੇਰੀ ਜੇਬ ਚ ਰੁਪਈਏ ਸੀ ਸਾਰੇ 1200 ਰੁਪਇਆ ਦੀ। ਰਾਜੂ ਦੀ ਵੋਟੀ ਵਾਲੀ ਵੀਡੀਓ ਬਣਾਈ ਫਿਰ ਰਾਜੂ ਦੀ ਸਟਾਰ ਸਟਾਰ ਬੰਦੇ ਕਹਿੰਦੀ ਲੈ ਤੈਨੂੰ ਕੋਈ ਜਾਣਦਾ, ਆਪਾਂ ਕਿਤੇ ਆਉਣੇ ਜਾਂਦੇ ਆਪਾਂ ਨੂੰ ਕੋਈ ਪਛਾਣਦਾ ਤਾਂ ਹੈ ਨੀ, ਸਟਾਰ ਬੰਦੇ ਉਹ ਹੁੰਦੇ ਜਿਹਨਾਂ ਨੂੰ ਪਛਾਣਨਾ ਆਪਾਂ ਨੂੰ ਕੋਈ ਪਛਾਣਦਾ ਹੀ। ਕਿਵੇਂ ਹੁਣ ਪਹਿਲਾਂ ਤਾਂ ਗੜਕ ਗੜਕ ਕੇ ਬੋਲਦੀ ਸੀ, ਹੁਣ ਉਹ ਨਾਰੀਅਲ ਦਾ ਪਾਣੀ ਤਾਂ ਪੀਣਾ ਨਹੀਂ ਪਿਆ, ਹੱਥ ਨੇ ਪਿਆਵਾਂਗੇ ਚੱਲ, ਹੁਣ ਉਹ ਪੀ ਲਾ ਨਿੰਬੂ ਨੂੰਬੂ ਪਾਣੀ ਕਰਾ ਕੇ ਪੀ ਲਿਆ, ਵਿੱਚ ਨਿੰਬੂ ਨੂੰ ਜੋੜ ਲਿਆ ਜੀ, ਕੱਪੜੇ ਕੱਢ ਲਏ ਮਾਂ ਮਾਸੀ ਨੇ ਟੋਕਾ ਕਰਨਾ, ਹੁਣ ਤੜਕੇ ਉੱਠੇਗਾ ਤੜਕੇ ਸੂਰਜ ਦੀਆਂ ਕਿਰਨਾਂ ਲੈ, ਹਾਂ ਹੁਣ ਤਾਂ ਪੀਲਕ ਮਾਰਦਾ ਸੂਰਜ, ਆਹ ਟਾਈਮ ਨਹੀਂ ਮੱਖੀਆਂ ਸਾਰੇ ਕਿਤੇ ਆ ਗਈਆਂ, ਹੁਣ ਮੱਖੀਆਂ ਓਹੀ ਹਾਲ ਆ ਮੱਖਣੇ ਦਾ, ਅੱਜ ਕੀ ਬਣਾਉਣਾ ਮਾਸੀ? ਅੱਜ ਸਬਜ਼ੀ ਬਣਾਉਣੇ ਆ ਪਕੌੜੀਆਂ ਦੀ। ਲਓ ਜੀ ਮਿੱਤਰੋ ਟੋਕਾ ਕਰਤਾ, ਕਹਿੰਦੇ ਮਾਸੀ ਨੂੰ ਲੈਣ ਆਇਆ ਮਾਛੜ ਨੂੰ ਕਰ ਲਈ ਗੱਲ ਕਿਹੜੇ, ਮੈਂ ਜਾ ਰਿਹਾ ਗੁਰਪ੍ਰੀਤ ਕੋਲ ਚੀਜ਼ੇ ਕੋਲ ਥੋੜੇ ਲੈ ਹੁਣ ਅਸੀਂ ਤੜਕਾ ਤਾਂ ਲਾ ਨਹੀਂ ਸਕਦੇ, ਇਸ ਕਰਕੇ ਅੱਜ ਇਹ ਸਾਨੂੰ ਤੜਕਾ ਲਾ ਮਤਲਬ ਫਿੱਕੀ ਦਾਲ ਬਣਾ ਕੇ ਖਿਲਾਓਗੇ, ਛੋਟੀ ਮਾਸੀ ਤੋਂ
ਮਾਸੀ ਆਊਗੀ ਕੱਲ ਨੂੰ। ਤੁਸੀਂ ਤਾਂ ਪਿਆਜ਼ ਚੀਰਨ ਨੇ 2 ਘੰਟੇ ਲਾ ਦੇ, ਤੜਕਾ ਕਿਹੜੇ ਵੇਲੇ ਲਾਉਂਗੇ? ਹੱਥ 'ਚ ਚੀਰ ਲਿਆ ਪਿਆਜ਼, ਬਿਨਾ ਤੜਕੇ ਵਾਲੀ ਸਬਜ਼ੀ ਬਣਾਉਣੀ ਸੀ, ਫਿਰ ਵੀ ਤੁਸੀਂ ਪਿਆਜ਼ ਪਾਈ ਲਏ। ਕਿੱਥੇ ਹੋ ਰਹੀ ਹੈ ਸਣ-ਸਣ, ਮੈਨੂੰ ਤਾਂ ਸੁਣ ਨਹੀਂ ਰਹੀ। ਬਸ ਕੱਲਾ ਨਮਕ ਪਾਉਣਾ, ਨਾ ਹਲਦੀ ਹੁਲਦੀ ਕੁਛ ਨਹੀਂ ਪਾਉਣਾ। ਲੱਗ ਗਿਆ, ਬਸ ਇਹਦੇ ਵਿੱਚ ਹੁਣ ਪਾ ਦਿਓ ਪਾਣੀ, ਪੂਰੀ ਕੋਲੀ ਪਾ ਦਿਓ। ਤੇ ਬਿਮਾਰ ਬੰਦਿਆਂ ਵਾਸਤੇ ਬਣ ਰਹੀ ਮੇਰੀ ਤੇ ਛੋਟੀ ਲਈ, ਤੁਸੀਂ ਥੋੜੀ ਖਾਣੀ। ਹਾਂ ਫਿਰ ਤੁਸੀਂ ਖਾਈ ਜਾਂਦੇ ਹੋ, ਹੁਣ ਖਾਓ ਨਾ ਇਹਨੂੰ, ਹੁਣ ਮੈਂ ਟੱਕਦਾ ਨਹੀਂ। ਮੰਮੀ ਮੰਮੀ ਤੋਂ ਬਜਾਇ ਇੰਨਾ ਕੰਮ ਕਿੱਥੇ ਹੋਊਗਾ, ਹੈਲਪ ਕਰ ਰਿਹਾ ਮੰਮੀ ਦੀ। ਤੁਹਾਡੀ ਦਾਲ ਮੇਰੀ ਦਾਲ ਉਧਰ, ਇੱਧਰ ਮੈਂ ਦਾਲ ਵਾਲੇ ਪਕੌੜੇ ਖਾ ਗਿਆ ਮੰਮੀ ਤੋਂ ਪਹਿਣ ਕੇ 70 ਜਦੋਂ ਮੰਮੀ ਨਾ ਕੇ ਆ ਗਈ। ਦਾਲ ਬਣਵਾਉਣ ਨੂੰ ਪਕੌੜੇ ਲਿਆਂਦੇ ਤੇ ਦਸਾਂ ਮੈਂ ਦੇ, ਕਿਉਂਕਿ ਸਬਜ਼ੀਆਂ ਸੁਬਜ਼ੀਆਂ ਮਹਿੰਗੀਆਂ ਨੇ, ਪੈਸੇ ਖਰਚ ਹੋ ਗਏ, ਹੁਣ ਜਮਾਂ ਖਾਲੀ ਹੋਏ ਵਿਆਂਗੇ। ਹਲੇ ਮੈਂ ਖਾ ਗਿਆ ਅੱਖ ਜੀ ਬਚਾ ਕੇ, ਹੁਣ ਮੰਮੀ ਤਾਂ ਮੇਰੇ 70 ਪੈਣ ਨਾਲ ਟੈਂਸ਼ਨ ਲਾ ਦੋ। ਮੰਮੀ ਛੋਟੀ ਨੂੰ ਨਵਾ ਦੀ ਆ, ਕਿਉਂਕਿ ਛੋਟੀ ਸਾਨੂੰ ਪਤਾ ਸਾਰਿਆਂ ਨੂੰ ਬਿਮਾਰ ਹੀ ਆ। ਅਸੀਂ ਕੱਲ੍ਹ ਹੀ ਘਰ ਆਏ ਹੋਏ ਛੁੱਟੀ ਦਵਾ ਕੇ, ਛੁੱਟੀ ਕਾਹਦੀ ਦਵਾ ਲਿਆ, ਡਾਕਟਰ ਹਾਲੇ ਕਹਿੰਦਾ ਸੀਗਾ ਦਾਖਲ ਰੱਖਣਾ ਸੀ, ਧੱਕੇ ਨਾ ਲਿਆ ਕਿਉਂਕਿ ਪੈਸੇ ਮੁੱਕ ਗਏ ਸਾਡੇ ਕੋਲ। ਸਾਰੀ ਡੋਲੇ ਗਲਾਸ ਵਿੱਚ ਸੀ, ਉਲਟਾ ਹੋ ਗਿਆ ਜਿੱਤੇ ਨੇ ਕੋਲੀ। ਵਾਹ ਵੀ ਵਾਹ, ਪੋਚਾ ਲਾਉਣਾ ਮੈਂ ਲਾਉਣਾ ਕੋਲੀ, ਗਲਾਸ ਉਲਟਾ ਹੋ ਗਿਆ ਜਾਓ ਪੋਚਾ ਲਾਉਣਾ ਯਾਰ ਫਟਾਫਟ ਕੰਮ ਵਿੱਚ। ਮੈਂ ਤਾਂ ਔਰੇਂਜ ਜੂਸ ਪੀ ਰਹੀ ਸੀ ਬੜਾ ਕੇ, ਮੇਰਾ ਹੀ ਫੈਂਟਾ ਹੋ ਕੋਈ ਹੋਰ ਕਹਿੰਦੇ ਕਰੇ ਕੋਈ ਹੋਰ ਭਰੇ ਕੋਈ ਹੋਰ ਲਾ ਦੋ ਯਾਰ, ਫੇਰ ਕੀ ਹੋਇਆ, ਤੁਸੀਂ ਵੀ ਤਾਂ ਪਕੌੜੀਆਂ ਖਾਧੀਆਂ ਹੀ ਆ ਸਾਰੀਆਂ। ਦੋ ਦੋ ਝਟਕੇ ਹੋ ਗਿਆ, ਜੇ ਪਕੌੜੀਆਂ ਖਾਣੀਆਂ ਉਹ ਤੋਂ ਲੱਸੀ ਡੋਲੀ ਮੰਮੀ ਤੋਂ ਪਹਿਲਾਂ ਪਹਿਲਾਂ ਪੁੱਛਿਆ। ਫਟਾਫਟ ਬਾਹਰ ਦੇ ਨਿਕਲ ਗਈ ਸਾਰੀ, ਹਿੱਚ ਭਰ ਗਈ, ਬੰਦ ਕਰਕੇ ਕਰੋ ਨਾ, ਵਿੱਚ ਵੀ ਡੁੱਲ ਗਈ ਹੋਊਗੀ ਸਾਡੀ, ਵਿੱਚ ਤਾਂ ਫਿਰ ਜੂ ਪਹਿਲਾਂ ਬਾਹਰੋਂ ਤਾਂ ਕਰ ਦੋ ਫਰਿੱਜ ਵੀ ਆਪਣੀ ਟੁੱਟ ਗਈ ਹੈ ਜਿਹੜੀ। ਜਲਦੀ ਕਰੋ ਮੰਮੀ, ਹਜੇ ਤੱਕ ਬਾਥਰੂਮ ਚ ਉਦਾਂ ਵੀ ਡੋਲੀ ਤੇ ਤੁਸੀਂ ਆ। ਹੈਲੋ, ਮੈਂ ਬੋਲ ਡੋਲੀ, ਤੁਸੀਂ ਡੋਲੀ ਆ, ਮੇਰਾ ਨਾਮ ਲਈ ਜਾਂਦੇ ਤੁਸੀਂ, ਕਹੋ ਤੁਸੀਂ ਡੋਲੀ ਆ, ਫਿਰ ਕਪੜਾ ਚੱਕ ਲੈ ਕੇ ਆਉਂਗੇ। ਹਾਂ ਮੈਂ ਡੋਲੀ, ਹਾਂ ਲਿਆਓ ਚੱਲ। ਤੇ ਹੁਣ ਮੈਂ ਕੱਪੜਾ ਚੱਕ ਕੇ ਲੈ ਕੇ ਆਵਾਂ, ਕਿ ਫਰਿੱਜ ਸਾਰੀ ਅੰਦਰ ਖਰਾਬ ਹੋ ਗਈ। ਆਟਾ ਤਾਂ ਮੈਂ ਗੁੰਨ ਲਿਆ ਸੀ, ਅੰਦਰ ਹੋ ਗਿਆ ਕਾਂਡ, ਹੁਣ ਫਟਾਫਟ ਮੰਮੀ ਦੇ ਬਾਹਰ ਨਿਕਲ ਤੇ ਸਾਫ਼ ਕਰਦੀ। ਕੰਨੀ ਗਵਾਚ ਗਈ, ਥੱਲਾ ਹੀ ਢਕ ਹੋਇਆ, ਬਸ ਹੋ ਗਈ ਸਾਫ਼, ਫਰਿੱਜ ਸਾਫ਼। ਆ ਲਓ ਆ ਰੱਖ ਦਿਓ ਵਿੱਚ, ਪੋਚਾ ਵੀ ਲਾਤਾ ਮਿਸਟਰ ਨੇ, ਬਹੁਤ ਬਹਾਦਰੀ ਵਾਲਾ ਕੰਮ ਕਰਕੇ ਤੁਹਾਨੂੰ ਪਲਾਉਣੀ ਤਾਂ ਬਣਦਾ ਵਿਟਾਮਿਨ ਸੀ। ਪਾਣੀ ਪੀਣਾ ਬਣਾ ਰਹੀ ਸੀ ਉਹ ਸਵਾਦ ਵਿੱਚ, ਅੱਲਾ ਕੇ ਨਾਮ ਪਰ ਪਾਣੀ ਪਾ, ਪਾਣੀ ਪਾ ਦੋ ਅੰਦਰ। ਹੁਣ ਮੈਂ ਫਰਿੱਜ ਨਹੀਂ ਖੋਲਣੀ ਹੈਗੀ, ਚੋ ਪਹਿਲਾਂ ਮੈਂ ਪਾਣੀ ਲੈਣ ਗਈ ਸੀ ਠੰਡਾ, ਤਾਂ ਹੀ ਕਾਢ ਹੋ ਗਿਆ, ਇਹ 'ਚ ਪਾ ਲਓ। ਪੀ ਲਓ ਪੀ ਲਓ, ਦੰਦ ਨਾ ਕੱਢੀ ਜਾ, ਪਾਣੀ ਘੱਟ ਹੈ ਇਹਦੇ ਵਿੱਚ। ਆਟਾ ਗੁੰਨਦਾ ਮੰਮੀ ਮੈਂ, ਹੋਰ ਆ ਦੇਖ ਲਓ ਕੀ ਕਹਿਣੀ ਆ ਮੈਂ, ਆਟਾ ਵੀ ਗੁੰਨਦਾ ਮੈਂ ਦੇਖਿਆ, ਹਾਂ ਉਹ ਤੇ ਪਿਆ ਗੁੰਨਿਆ,
ਸਫਾਈਆਂ ਤਾਂ ਐ ਹੁੰਦੀਆਂ ਨੇ ਮਿੰਟ ਮਿੰਟ ਮੰਨਦੇ ਹੋ ਸੰਤਾਂ ਨੂੰ ਫਿਰ ਇਹ ਮੂਡ ਤੇ ਡਿਪੈਂਡ ਕਰਦਾ ਵੀ ਕਿੱਦੇ ਲਾਉਣਾ ਕਿੱਦੇ ਨਹੀਂ ਜਦੋਂ ਤੁਸੀਂ ਅੰਦਰ ਵਗ ਕੇ ਮੰਮੀ ਕਹਿੰਦੇ ਸਿਰ ਨਹਾਤੇ ਉਹ ਬੋਲਣਾ ਨਹੀਂ ਹੈਗਾ, ਜਦੋਂ ਤੁਸੀਂ ਅੰਦਰ ਵਗ ਕੇ ਮੰਮੀ ਐ ਗੱਲ ਲੱਗੀ, ਜਦੋਂ ਬਾਹਰੇ ਬੈਠੇ ਤੇ ਉਦੋਂ। ਚੱਲ ਮੰਮੀ ਰੋਟੀ ਲਾਈਏ ਫਿਰ, ਆ ਜਾ ਉੱਚੀ ਤੇਨੇ ਬੋਲ ਕੀ ਕਹਿਣੀ ਆ, ਕੀ ਬੋਲ ਕੇ ਦੱਸ ਕੀ ਕਹੀ ਜਾਂਦੀ, ਹਾਰ ਲਿਪਾ ਵਾ ਹੈ ਮੰਮੀ ਇੱਧਰ ਨੂੰ ਜਾਓ ਹੈਂ ਬੋਲ ਕੇ ਦੱਸ। ਮੰਮੀ ਤਾਂ ਨੀ ਬੋਲ ਰਹੀ, ਮੰਮੀ ਸਿਰ ਨਾ ਗਈ ਆ, ਕਹਿੰਦੇ ਪਰਹੇਜ਼ ਰੱਖਣਾ ਹੁੰਦਾ ਗਾ ਕਿਉਂਕਿ ਜਸ ਦੇ ਪਤਲ ਇੰਗਲਿਸ਼ 'ਚ ਚਿਕਨ ਫੋਕਸ ਕਹਿ ਦਿੰਦੇ ਆ ਜਿਹਨੂੰ, ਪੰਜਾਬੀ 'ਚ ਮਾਤਾ ਕਹਿ ਦਿੰਦੇ ਆ, ਨਿਕਲੇ ਆਈ ਹੈਗੀ ਉਹਦੇ ਕਰਕੇ ਬੋਲਦੇ ਸਿਰ ਨਾ ਕੇ, ਕਹਿੰਦੇ ਬੋਲੀ ਤਾਂ ਨਹੀਂ ਹੁੰਦਾ ਲਵੇ। ਮੈਂ ਅੱਜ ਮੈਂ ਸੇਕੂ ਰੋਟੀਆਂ ਦੇਖਿਓ ਤੁਸੀਂ ਫੁੱਲ ਫੁੱਲ ਕੇ ਲਿਥੂਗੀ, ਮੈਂ ਕਹਿਣਾ ਮੈਂ ਲਾ ਦੂੰਗਾ ਉਹ ਸਿਰਾ ਗੱਲ ਬਾਤ। ਚਲੋ ਚਲੋ ਆ ਦੇਖ ਲਓ ਸਬਜ਼ੀ ਤੁਸੀਂ, ਬਸ ਕੋਈ ਨੀ ਲਾ ਲਓ ਸਹੀ ਆ। ਮੰਮੀ ਵੇਲਣਾ ਲਈ ਆਟਾ ਵੀ ਲੈ ਫੇਰਾ ਦੀ ਤੂੰ ਪਤਾ ਦੇ ਮੰਮੀ ਦੱਸੀ ਜਾ ਰਿਹਾ ਅੱਜ ਮਾਸੀ ਵਗ ਗਈ ਨਾ ਹੁਣ ਮੈਨੂੰ ਐਂਦਾ ਦਾ ਢਾਬੇ ਆ ਮੰਮੀ ਦੀ ਅੱਖਾਂ ਮਾਰਦੀ ਮੇਰੀ ਗੱਲ ਸੁਣੋ, ਜਿਹੜੇ ਨਾਲ ਲਾਉਂਦੇ ਆ ਉਹ ਨਹੀਂ ਹੁੰਦਾ ਚੱਕ ਚੱਕ ਕੇ ਮਾਰਦੇ। ਮੰਮੀ ਤੁਹਾਨੂੰ ਪੇੜਾ ਕਰਕੇ ਦੇ ਦੇਣਾ ਤੁਸੀਂ ਵੇਲ ਲਓ ਰਹਿਣ ਦੋ, ਤੁਸੀਂ ਤਾਂ ਫੁੱਲ ਕੇ ਲਾਉਣ ਲੱਗ ਜਾਣਾ ਏਡੇ ਏਡੇ ਵੱਡੇ, ਫਿਰ ਤੁਹਾਨੂੰ ਰੋਟੀ ਪਸੰਦ ਵੀ ਨਹੀਂ ਹੁੰਦੀ ਸਾਡੀ। ਬੋਲ ਵੀ ਨੀ ਹੋ ਰਹੀ, ਨਕਸ਼ੇ ਲਾਈ ਜਾ ਰਹੇ ਹੋ, ਪਹਿਲਾ ਤਵਾ ਦੇਖ ਲੋ ਕਰਮ, ਤਵਾ ਨੀ ਮਚਿਆ ਹਜੇ। ਬਾਲਾ ਨਾ ਕਿਸੇ ਨੇ ਬੋਲਣਾ, ਚੁੱਪ ਚਾਪ ਰੋਟੀਆਂ ਖਾ ਲਓ ਚਾਹੇ ਬਿੰਗੇ ਚਾਹੇ ਟਿੱਡੀਆਂ। ਦੇਖੋ ਮਾਈ ਫਸਟ ਰੋਟੀ, ਵੈਰੀ ਟੂ ਮੱਚ, ਵੈਰੀ ਟੂ ਮੱਚ ਅੱਗੇ, ਔਰ ਵੈਰੀ ਹਾਈ ਕੁਆਲਿਟੀ ਵੈਰੀ ਰੋਟੀ, ਔਰ ਆਟਾ ਥੱਲੀਗਾ ਇੱਧਰ ਰੱਖੀਗਾ ਔਰ ਦੇ ਲਈ, ਮੇਰੇ ਤੋਂ ਨੀ ਬਣਦੀਆਂ ਯਾਰ, ਬਣਾ ਲਓ ਉਹਦੀਆਂ ਬੜੀ ਜਲਦੀ ਸਕਦੇ ਇਹ ਵਾਲੀ ਰੋਟੀਆਂ ਸਾਰੀਆਂ ਇਹਨਾਂ ਵਾਸਤੇ ਰੱਖ ਲਓ ਇੱਕ ਸਾਬੀ ਚ। ਹਾਂ
ਠੀਕ ਆ ਛੇਕ ਜਾਣੀਆਂ ਮੰਮੀ ਇਹਨਾਂ ਨੂੰ ਕੀ ਹੋਇਆ ਇੰਨੀਆਂ ਵਧੀਆ ਰੋਟੀਆਂ ਨੇ ਤੈਨੂੰ ਪਤਾ ਇਹ ਬਲੈਤੀ ਨੇ ਜਿਹੜੇ ਉਹ ਆ ਕੇ ਖਾ ਸਕਦੇ ਨੇ ਬਾਹਰਲੇ ਬੰਦੇ ਮੁਲਕ ਵਾਲੇ ਲੋਕ ਉਹ ਕਹਿਣਗੇ ਕਿਆ ਟੂ ਮੱਚ ਰੋਟੀ ਵਾਓ ਟੂ ਮੱਚ ਰੋਟੀ ਤੋਂ ਅੱਗੇ ਵੀ ਟੂ ਮੱਚ ਵੰਡਰਫੁਲ ਰੋਟੀ ਏਦਾਂ ਕਹਿਣਗੇ ਦੇਖੋ ਕਿੱਡੀ ਰੋਟੀ ਆ ਜਿਹੜਾ ਨਾਨ ਨੀ ਹੁੰਦਾ ਨਾਨ ਆਪਣਾ ਤਾਂ ਮੀਂਹ ਗਣੀ ਚੌਖਾ ਹੋ ਜਾ ਕਰਨਾ ਫੇਰ ਐਤਕੀ ਤਰਪਾਲ ਪਾ ਦਿੰਦੇ ਮੰਮੀ ਇਹਦੇ ਉੱਪਰ ਰੱਬ ਰੱਖਾ ਜਿੱਥੇ ਇੰਨੇ ਸਾਲ ਗੁਜ਼ਾਰ ਲੈ ਕੀ ਹੁੰਦਾ ਉਹ 5 ਰੁਪਏ ਦਾ ਡਿਸਕੋ ਦਾ ਗੋਲਾ ਲਿਆ ਕੇ ਆ ਜਿਹੜੇ ਲੈਣਾ ਨੇ ਉਹਨੇ ਵਿਚਦੀਆਂ ਐ ਘੁਮਾ ਦਾਂਗੇ ਹਿੱਲ ਕੇ ਦਿਖਾਵੇ ਇਹ ਫਿਰ ਥੱਲੇ ਨੀ ਨਾ ਚੋਊਗਾ ਸਾਰਾ ਗੰਦਾ ਜਿਹਾ ਚੋਣ ਲੱਗ ਜਾਂਦਾ ਇਹ ਫਿਰ ਇਹ ਚੋਣਾ ਨੀ ਹੈਗਾ ਮੰਮੀ ਕਹਿੰਦੀ ਕਰ ਦੋ ਲਾਈਕ ਅਸੀਂ ਰਸੋਈ ਬਣਾ ਲਈਏ ਸਾਡੇ ਪਿੰਡ ਤਾਂ ਏਦਾਂ ਹੋਇਆ ਪਿਆ ਪਤਾ ਨੀ ਇਹਨਾਂ ਨੂੰ ਕਿੰਨੇ ਕੁ ਰੁਪਏ ਬਣ ਲੱਗੇ ਪਰ ਵਾਲੇ ਕੁਛ ਨੀ ਬਣ ਲੱਗਿਆ ਇੰਨਾ ਖਾਸ ਮੰਨ ਕੇ ਚੱਲੋ ਜਿੰਨੇ ਕੁ ਕਮਾਏ ਦੀ 10-15 ਹਜ਼ਾਰ ਰੁਪਇਆ ਨਾ 10-15 ਹਜ਼ਾਰ ਰੁਪਇਆ ਉਹ ਸਾਰਾ ਸਾਡੇ ਛੋਟੀ ਤੇ ਲੱਗ ਗਿਆ 5-6 ਮਹੀਨੇ ਲਓ ਜੀ ਸੰਗ ਤੋਂ ਅੱਜ ਰੋਟੀ ਖਾ ਲਓ ਚੁੱਲ੍ਹੇ ਦੀ ਰੋਟੀ ਤੇ ਸਾਡੇ ਵਾਸਤੇ ਸਬਜ਼ੀ ਬਣਾਈ ਆ ਇਹ ਮੈਂ ਸਬਜ਼ੀ ਬਣਾਈ ਇਹਨਾਂ ਵਾਸਤੇ ਤੇ ਇਹ ਜਿਹੜੀ ਸਬਜ਼ੀ ਬਿਨਾ ਹਲਦੀ ਲੂਣ ਮਿਰਚ ਤੋਂ ਫਿੱਕੀ ਸਬਜ਼ੀ ਖਾਣੀ ਪੈਣੀ ਹੈ ਬਿਮਾਰ ਬੰਦੇ ਦੀ ਉਹ ਵੀ ਚਮਚਾ ਖਾਣੀ ਚਲੋ ਵੀ ਰੋਟੀ ਖਾ ਲਈ ਹੁਣ ਫਿਰ ਆਪਾਂ